ਮੰਮੀ ਡੈਡੀ ਦੇ ਗਾਣਾ ਗਾ ਲਵਾਂ, ਪਤਾ ਕਿੰਨੇ ਗਾ ਲਵਾਂ ਮੈਂ ਤੇਰੇ ਹੈਗਾ ਤੇਰੇ ਹੈਗਾ ਪਹਿਲਾਂ ਤਾਂ ਤੁਹਾਡਾ ਵਿਰਸਾ ਟੀ ਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਅਤੇ ਦੋਸਤ ਜੌਲ, ਕਰਨ ਔਜਲਾ ਯਾਨੀ ਕਿ ਗੀਤਾਂ ਦੀ ਮਸ਼ੀਨ, ਜਿੱਥੇ ਸੋਸ਼ਲ ਮੀਡੀਆ 'ਤੇ ਕਰਨ ਔਜਲਾ ਅਤੇ ਸਿੱਧੂ ਮੂਸੇਵਾਲੇ ਲਾਈਵ ਸ਼ੋਅ ਦੀਆਂ ਵੀਡੀਓ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਅਤੇ ਉੱਥੇ ਕਰਨ ਔਜਲਾ ਦੇ ਆਸਟ੍ਰੇਲੀਆ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ। ਜਿਵੇਂ ਕਿ ਤੁਹਾਨੂੰ ਦੱਸ ਦਈਏ, ਕਰਨ ਔਜਲਾ ਆਪਣੇ ਆਸਟ੍ਰੇਲੀਆ 'ਤੇ ਲਾਈਵ ਟੂਰ 'ਤੇ ਗਏ ਨੇ, ਜਿੱਥੇ ਦੀ ਇੱਕ ਵੀਡੀਓ ਕਰਨ ਔਜਲਾ ਦੀ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ। ਜਿੱਥੇ ਲਾਈਵ ਸ਼ੋਅ ਦੇ ਵਿੱਚ ਇੱਕ ਫੈਨ ਨੇ ਕਹਿ ਦਿੱਤਾ ਕਿ ਬੇਬੇ ਬਾਪੂ ਦੇ ਬਾਰੇ ਗਾਣਾ ਗਾ ਦਿਓ, ਜਿਸ ਤੋਂ ਬਾਅਦ ਕਰਨ ਔਜਲਾ ਨੂੰ ਗੁੱਸਾ ਆ ਗਿਆ ਅਤੇ ਗੁੱਸੇ ਦੇ ਵਿੱਚ ਕਰਨ ਔਜਲਾ ਨੇ ਕੀ ਜਵਾਬ ਦਿੱਤਾ, ਆਓ ਇੱਕ ਝਲਕ ਮਾਰਦੇ ਹਾਂ ਵੀਡੀਓ ਦੇ ਵੱਲ। ਮੰਮੀ ਡੈਡੀ ਦੇ ਗਾਣਾ ਗਾ ਲਵਾਂ, ਪਤਾ ਕਿੰਨੇ ਗਾਇਆ ਉਹਨੇ ਮੈਂ ਆ ਮਾੜਾ ਬਾਈ ਨੂੰ ਦੱਸੋ, ਮੰਮੀ ਡੈਡੀ ਦੇ ਕਿਹੜਾ ਗਾਣਾ ਗਾਇਆ ਸੀ ਮੈਂ? ਸ਼ਾਇਦ ਤੁਸੀਂ ਸੁਣਿਆ ਵੀਰੇ, ਬੇਬੇ ਆਪ ਨੂੰ ਮੈਂ ਬਹੁਤ ਪਿਆਰ ਕਰਦਾ, ਮੈਨੂੰ ਸਿਖਾਈ ਨਾ ਕਿਵੇਂ ਕਰਨਾ, ਮੈਂ ਬਹੁਤ ਕਰਦਾ ਵੀਰੇ। ਸਹੀ ਗੱਲ ਹੈ ਬਾਈ। ਔਜਲਾ ਨੀ ਔਜਲਾ, ਸੱਚੀ ਦੱਸਾਂ ਫਕਰ ਹੈ, ਜਿਵੇਂ ਲਾਈਫ ਸੱਤਾ ਹੈ, ਪੈਸੇ ਦਾ ਨਾ ਚੱਕਰ ਹੈ, ਦਿਲੋਂ ਜਿਹੜਾ ਨਿਕਲਿਆ ਕੱਲਾ ਕੱਲਾ ਅੱਖਰ ਹੈ, ਮੇਰੀ ਤਾਂ ਜੀ ਮੇਰੇ ਲੋਕਾਂ ਨਾਲ ਬਸ ਟੱਕਰ ਹੈ। ਅਧੀਨ ਤੇਰੇ ਹੈਗਾ ਤੇਰੇ ਹੈਗਾ ਤੇਰੇ ਹੈਗਾ ਨਹੀਂ ਹੈਗਾ ਨਾ। ਜਿੱਥੇ ਕਰਨ ਔਜਲਾ ਦੀ ਇਹ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਅਤੇ ਉੱਥੇ ਸਿੱਧੂ ਮੂਸੇਵਾਲੇ ਦੇ ਫੈਨਸ ਦਾ ਕਹਿਣਾ ਕਿ ਇਹ ਰਿਪਲਾਈ ਕੀਤਾ ਹੈ ਕਰਨ ਔਜਲਾ ਨੇ ਸਿੱਧੂ ਮੂਸੇਵਾਲੇ ਦੇ ਫੈਨ ਨੂੰ। ਇਹ ਤਾਂ ਸੀ ਕਰਨ ਔਜਲਾ ਦੀ ਵਾਇਰਲ ਹੋਈ ਵੀਡੀਓ, ਅਤੇ ਤੁਸੀਂ ਕਿਸੇ ਦੇ ਫੈਨ ਹੋ ਕਰਨ ਔਜਲਾ ਦੇ ਜਾਂ ਫਿਰ ਸਿੱਧੂ ਮੂਸੇਵਾਲੇ ਦੇ, ਕਮੈਂਟਸ ਕਰਕੇ ਸਾਨੂੰ ਜ਼ਰੂਰ ਦੱਸਿਓ। ਹੁਣ ਤੱਕ ਲਈ ਇੰਨਾ ਹੀ, ਜਦ ਤੱਕ ਤੁਸੀਂ ਦੇਖਦੇ ਰਹੋ ਵਿਰਸਾ ਟੀਵੀ। ਰੱਖੀ ਸਾਨੂੰ ਰਾਤਾਂ ਦਾ